360 ਡਿਗਰੀ ਘੁੰਮ ਰਹੀ ਹੈ। ਅਕਾਲੀ ਦਲ ਦੇ ਸਾਬਕਾ ਮੰਤਰੀ ਦੇ ਬੇਟੇ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਬੇਟੇ ਅਤੇ ਉਹਨਾਂ ਦੀ ਨੂੰਹ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਤਾਂ ਸੁਖਬੀਰ ਬਾਦਲ ਹੋਰਾਂ ਨੇ ਕਹਿ ਦਿੱਤਾ ਕਿ ਜਿਹੜਾ ਭਾਜਪਾ 'ਚ ਸ਼ਾਮਲ ਹੋ ਰਿਹਾ ਉਹਨਾਂ ਨੂੰ DNA ਚੈੱਕ ਕਰਵਾਉਣਾ ਚਾਹੀਦਾ ਵਾ। ਮੇਰੇ ਨਾਲ ਪਰਮਪਾਲ ਹੋਰੀ ਨੇ ਗੱਲਬਾਤ ਕਰ ਲੈਂਦੇ ਹਾਂ। ਤੁਸੀਂ ਭਾਜਪਾ 'ਚ ਸ਼ਾਮਲ ਹੋਏ, ਸਿੱਧਾ ਅਟੈਕ ਸੁਖਬੀਰ ਬਾਦਲ ਹੋਰਾਂ ਨੇ ਕੀਤਾ, ਕਹਿੰਦੇ DNA ਚੈੱਕ ਕਰਾਓ ਭਾਜਪਾ ਜਿਹੜੇ ਸ਼ਾਮਲ ਹੋ ਰਹੇ। ਦੇਖੋ ਵਾਰ ਵਾਰ ਮੈਂ ਇਹੀ ਕਹਿ ਰਹੀ ਹਾਂ ਕਿ ਜਿਹੜਾ ਕੋਈ ਵੀ ਅਪਸ਼ਬਦ ਕਿਸੇ ਬਾਰੇ ਬੋਲਦਾ ਉਹ ਆਪਣੇ ਆਪ ਨੂੰ ਐਕਸਪੋਜ਼ ਕਰਦਾ। ਉਹਨਾਂ ਨੇ DNA ਬਾਰੇ ਕਹਿਤਾ, ਮੈਂ ਹੁਣ ਵੀ ਇਹ ਕਹੂੰਗੀ ਕਿ ਤੁਸੀਂ ਲਾਈਵ ਹੋ ਕੇ, ਹੁਣੇ ਹੀ ਲਾਈਵ ਹੋ ਕੇ ਉਹਨਾਂ ਤੋਂ DNA ਦਾ ਫੁੱਲ ਫਾਰਮ ਪੁੱਛ ਲਓ, ਉਹ ਵੀ ਉਹਨਾਂ ਨੂੰ ਨਹੀਂ ਪਤਾ ਹੋਣਾ। ਸੋ DNA ਹੈਜ਼ ਗੋਟ ਨਥਿੰਗ ਟੂ ਡੂ ਵਿਦ ਮਤਲਬ ਤੁਹਾਡੇ ਪੋਲੀਟੀਕਲ ਓਪੀਨੀਅਨ, ਦੈਟ ਕੈਨ ਡਿਫਰ। ਇਹਦੇ ਵਿੱਚ ਉਹਨਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ। BJP ਦਾ ਕੋਈ ਵੀ ਮੈਂ ਤਾਂ ਅੱਜ ਤੱਕ ਹਲੇ ਤੱਕ ਕੈਂਡੀਡੇਟ ਵੀ ਨਹੀਂ ਹੈਗੀ BJP ਦਾ, ਪਰ BJP ਦਾ ਕੈਂਡੀਡੇਟ ਕੋਈ ਤਾਂ ਬਠਿੰਡੇ ਤੋਂ ਹੋਊਗਾ, ਸੋ ਕਿਹਦਾ ਕਿਹਦਾ DNA ਚੈੱਕ ਕਰਾਉਣਗੇ ਉਹ। ਸ਼ਾਇਦ ਇਸ ਕਰਕੇ ਵੀ ਕਹਿ ਰਹੇ ਸੀਗੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਬਾਦਲ ਲਈ ਤੁਹਾਡੇ ਸਸੁਰ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਸੀ, ਉਹਨਾਂ ਨੇ ਅਕਾਲੀ ਦਲ ਦਾ ਝੰਡਾ ਚੱਕਿਆ ਹੋਇਆ ਸੀ, ਤੁਸੀਂ ਉਸ ਦੌਰਾਨ BJP ਦਾ ਝੰਡਾ ਚੱਕ ਲਿਆ, ਸ਼ਾਇਦ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ, ਇਸ ਕਰਕੇ ਕਹਿ ਰਹੇ ਕਿ DNA ਚੈੱਕ ਕਰੋ। ਮੈਂ ਕਦੇ ਵੀ ਅਕਾਲੀ ਦਲ 'ਚ ਨਹੀਂ ਸੀ, ਇਹ ਮੇਰੀ ਫਸਟ ਪਾਰਟੀ ਹੈ, ਮੈਂ ਜਿਹੜੀ ਵੀ ਵਧੀਆ ਪਾਰਟੀ ਮੈਨੂੰ ਲੱਗੂ ਮੈਂ ਉਸਨੂੰ ਜੁਆਇਨ ਕਰ ਸਕਦੀ ਹਾਂ। ਉਹ ਹਰਸਿਮਰਤ ਬਾਦਲ ਜੀ ਨੂੰ ਆਪਣਾ ਫਿਊਚਰ ਅਕਾਲੀ ਦਲ 'ਚ ਲੱਗਿਆ, ਉਹਨਾਂ ਨੇ ਉਹ ਜੁਆਇਨ ਕਰ ਲਈ, ਉਹਦੇ ਉੱਥੋਂ MP ਵੀ ਬਣ ਗਏ, ਮਿਨਿਸਟਰ ਵੀ ਬਣ ਗਏ, ਮੈਨੂੰ ਆਪਣਾ ਫਿਊਚਰ BJP 'ਚ ਲੱਗਦਾ, ਦੈਟਸ ਮਾਈ ਚੋਇਸ, ਮੈਨੂੰ ਕੋਈ ਕਿਵੇਂ ਰੋਕ ਸਕਦਾ। ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ ਦੇਖਿਆ ਹੋਣਾ, ਉਹਨਾਂ ਨੇ ਕਿਹਾ ਬੀਬਾ ਜੀ ਇੰਨੀ ਕਾਹਲੀ ਕਿਉਂ ਕਰ ਰਹੇ ਹੋ, ਤੁਹਾਡੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਆ ਉਹ ਗਵਾ ਨਾ ਬੈਠੀ ਹੋ, ਤੁਸੀਂ ਉਹ ਟਵੀਟ ਦੇਖਿਆ ਹੋਣਾ। ਪਹਿਲਾਂ ਤਾਂ ਇਹ ਦੱਸੋ ਕਿ ਅਸਤੀਫਾ ਅਜੇ ਮਨਜ਼ੂਰ ਨਹੀਂ ਹੋਇਆ, ਕੀ ਟੈਕਨੀਕਲ ਤੌਰ ਤੇ ਪਾਰਟੀ ਜੁਆਇਨ ਕੀਤੀ ਜਾ ਸਕਦੀ ਹੈ? ਅਸਤੀਫਾ ਨਹੀਂ ਸੀਗਾ, ਵਲੰਟਰੀ ਰਿਟਾਇਰਮੈਂਟ ਦੀ ਐਪਲੀਕੇਸ਼ਨ ਸੀਗੀ ਜਿਹੜੀ ਕਿ ਐਕਸੈਪਟ ਹੋ ਚੁੱਕੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ, ਸੋ ਐਸੀ ਕੋਈ ਗੱਲ ਨਹੀਂ ਹੈਗੀ। ਉਹ ਕਹਿ ਰਹੇ ਕਿ ਇਸ ਦਾ ਨੁਕਸਾਨ ਹੋ ਸਕਦਾ, ਜਿਹੜੇ ਰਿਟਾਇਰਮੈਂਟ ਤੇ ਫਾਇਦੇ ਮਿਲਦੇ ਆ, ਮੈਨੂੰ ਲੱਗਦਾ ਪੈਨਸ਼ਨ ਮਿਲਦੀ, ਕਈ ਸਾਰੇ ਭੱਤੇ ਮਿਲਦੇ ਨੇ, ਉਹ ਤੁਸੀਂ ਜ਼ਿਆਦਾ ਬਰੀਕੀ ਦੇ ਨਾਲ ਦੱਸ ਸਕਦੇ ਹੋ ਕਿ ਕਿਹੜੇ ਕਿਹੜੇ ਬੈਨੀਫਿਟ ਮਿਲਦੇ ਨੇ ਜਿਹੜੇ ਉਹ ਕਹਿ ਰਹੇ ਕਿ ਇਸ ਦਾ ਨੁਕਸਾਨ ਹੋ ਸਕਦਾ? ਨਹੀਂ, ਕਿਸੇ ਦਾ ਨੁਕਸਾਨ ਨਹੀਂ ਹੋ ਸਕਦਾ, ਬਿਕੋਜ਼ ਮੈਂ ਡਿਊਲੀ ਰਿਟਾਇਰ ਕੀਤੀ ਗਈ ਹਾਂ, ਡਿਊਲੀ ਰਿਲੀਵ ਕੀਤੀ ਗਈ ਹਾਂ ਫਰੋਮ ਸਰਵਿਸ, ਕਿਸੇ ਵੀ ਬਕਾਏ ਦਾ ਨੁਕਸਾਨ ਇਸ ਨਾਲ ਨਹੀਂ ਹੋਵੇਗਾ। ਭਗਵੰਤ ਮਾਨ ਜੀ ਨੂੰ CM ਸਾਹਿਬ ਨੂੰ ਸ਼ਾਇਦ ਉਹ ਕਨਵੇ ਨਹੀਂ ਹੋਇਆ ਹੋਵੇਗਾ, ਹਨਾ। ਤੁਸੀਂ ਚੀਫ ਸੈਕਟਰੀ ਜਾਂ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸੀ ਅਸਤੀਫੇ ਨੂੰ ਲੈ ਕੇ? ਮੈਂ ਐਪਲੀਕੇਸ਼ਨ ਦਿੱਤੀ ਸੀ, ਮੈਂ ਇੱਕ ਐਪਲੀਕੇਸ਼ਨ ਸਬਮਿਟ ਕੀਤੀ ਸੀ, ਕੋਈ ਮੈਂ ਪਰਸਨਲੀ ਗੱਲ ਨਹੀਂ ਕੀਤੀ। ਸੋ ਸਿਕੰਦਰ ਸਿੰਘ ਮਲੂਕਾ ਹੋਰਾਂ ਨਾਲ ਜਦੋਂ ਤੁਹਾਡੀ ਗੱਲਬਾਤ ਹੋਈ, ਤੁਹਾਡੇ ਸਸੁਰ ਨੇ ਸਿਆਸਤ ਦੇ ਧੁਰ ਨੇ ਅਕਾਲੀ ਦਲ ਦੇ ਕਹਿੰਦੇ ਕਿ ਸਭ ਤੋਂ ਸੀਨੀਅਰ ਲੀਡਰ ਦੇ ਵਿੱਚੋਂ ਇੱਕ ਆਉਂਦੇ ਨੇ, ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਂ ਭਾਜਪਾ ਦੇ ਵਿੱਚ ਸ਼ਾਮਲ ਹੋਣਾ, ਉਹਨਾਂ ਨੇ ਹਰੀ ਝੰਡੀ ਦਿੱਤੀ, ਉਹਨਾਂ ਨੇ ਕਿਹਾ ਕਿ ਜਾਓ ਤੁਸੀਂ? ਨਹੀਂ, ਉਹਨਾਂ ਨੇ ਸਾਨੂੰ ਮਨਾਉਣ ਦੀ ਕੋਸ਼ਿਸ਼ ਕਰੀ, ਉਹਨਾਂ ਦਾ ਮੰਨਣਾ ਸੀਗਾ ਕਿ ਅਕਾਲੀ ਦਲ ਦੇ ਵਿੱਚ ਸਾਨੂੰ ਜੁਆਇਨ ਕਰਨਾ ਚਾਹੀਦਾ, ਪਰ ਕਿਉਂਕਿ ਮੇਰੀ ਫਰੈਸ਼ ਸਟਾਰਟ ਸੀਗੀ, ਆਈ ਹੈਵ ਟੂ ਸਟਾਰਟ ਫਰੋਮ ਦਾ ਬਿਗਨਿੰਗ, ਜਿਹੜੀ ਪਾਰਟੀ ਮੈਨੂੰ ਚੰਗੀ ਲੱਗੀ ਅਲਟੀਮੇਟਲੀ ਅਸੀਂ ਉਹਨਾਂ ਨੂੰ ਕਨਵਿੰਸ ਕਰ ਲਿਆ ਕਿ ਠੀਕ ਹੈ, ਮਤਲਬ ਵੀ ਆਰ ਅ ਫੈਮਲੀ, ਵੀ ਰਿਸਪੈਕਟ ਯੂ, ਹੀ ਲਵਸ ਅਸ, ਪਰ ਅਸੀਂ BJP ਜੁਆਇਨ ਕਰਨਾ ਚਾਹੁੰਦੇ ਹਾਂ। ਸੋ ਉਹ ਮਤਲਬ ਇਹ ਸੱਚ ਸਾਨੂੰ ਫੋਰਸਫੁਲੀ ਤਾਂ ਨਹੀਂ ਰੋਕਣਗੇ। ਤੁਸੀਂ ਮਨਾਉਣ, ਉਹਨਾਂ ਨੇ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਤੁਸੀਂ ਨਹੀਂ ਮੰਨੇ, ਤੁਸੀਂ ਹੁਣ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੋਗੇ ਕਿ ਅਕਾਲੀ ਦਲ ਦੇ ਵਿੱਚ ਆ ਜਾਓ, ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਆ ਜਾਓ? ਨਹੀਂ, ਉਹ ਸਾਡੇ ਤੋਂ ਵੱਡੇ ਆ, ਅਸੀਂ ਉਹਨਾਂ ਨੂੰ ਕੁਝ ਵੀ ਮਨਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਉਹ ਆਪਣੇ ਆਪ ਡਿਸਾਈਡ ਕਰਨਗੇ, ਸਾਡੇ ਨਾਲੋਂ ਵੱਧ ਸਿਆਣੇ। ਕਿਉਂਕਿ ਕਹਿੰਦੇ ਕਿ ਪੁੱਤ ਧੀ ਇਹ ਮਾਪਿਆਂ ਤੋਂ ਬਾਹਰ ਨਹੀਂ ਹੁੰਦੇ, ਔਰ ਮਾਪੇ ਪੁੱਤ ਧੀ ਤੋਂ ਬਾਹਰ ਨਹੀਂ ਹੁੰਦੇ, ਤੇ ਜਾਂ ਤਾਂ ਤੁਹਾਨੂੰ ਆਉਣਾ ਪਏਗਾ ਜਾਂ ਉਹਨਾਂ ਨੂੰ ਆਉਣਾ ਪਏਗਾ, ਤੁਸੀਂ ਆਪਣੀ ਲਾਈਨ ਚੁਣ ਲਈ, ਹੁਣ ਤੁਸੀਂ ਇਧਰਲੇ ਪਾਸੇ ਖਿੱਚ ਕੇ ਲਿਆਓਗੇ, ਜਾਂ ਫਿਰ ਛੱਤ ਦੇ ਉੱਤੇ ਪਹਿਲੇ ਫਲੋਰ ਤੇ ਝੰਡਾ ਅਕਾਲੀ ਦਲ ਦਾ ਹੋਏਗਾ, ਦੂਜੇ ਫਲੋਰ ਤੇ ਝੰਡਾ ਭਾਜਪਾ ਦਾ ਹੋਏਗਾ।
ਨਹੀਂ, ਅਸੀਂ ਦੇਖੋ ਇਹ ਨਹੀਂ ਹੁੰਦਾ ਗਾ ਕਿ ਵੀ ਪੁੱਤੀ ਤੋਂ ਬਾਹਰ ਜਾਂ ਅਸੀਂ ਉਹਨਾਂ ਤੋਂ ਬਾਹਰ ਨਹੀਂ ਹੋਏ, ਅਸੀਂ ਉਹਨਾਂ ਤੋਂ ਬਿਲਕੁਲ ਬਾਹਰ ਨਹੀਂ ਹੈਗੇ। ਪੋਲੀਟੀਕਲੀ ਅਸੀਂ ਡਿਫਰ ਕਰ ਸਕਦੇ ਹਾਂ, ਸਾਡੇ ਓਪੀਨੀਅਨਸ ਡਿਫਰੈਂਟ ਹੋ ਸਕਦੇ ਆ, ਅਸੀਂ ਡਿਫਰੈਂਟ ਕੰਮ ਕਰ ਸਕਦੇ ਹਾਂ, ਬਾਹਰ ਹੋਣਾ ਇਜ਼ ਅ ਸੈਪਰੇਟ ਥਿੰਗ। ਅਸੀਂ ਕੋਈ ਮਤਲਬ ਉਹ ਸਾਨੂੰ ਉਹਨਾਂ ਨੇ ਸਾਨੂੰ ਡਿਸਓਨ ਨਹੀਂ ਕੀਤਾ, ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ, ਵੀ ਆਰ ਅ ਫੈਮਿਲੀ, ਅਸੀਂ ਆਪਣਾ ਕੰਮ ਕਰ ਰਹੇ ਹਾਂ, ਸੋ ਸਾਨੂੰ ਕਰਨ ਦੇਣਗੇ, ਕਿਉਂ ਰੋਕਣਗੇ। ਹੁਣ ਤੁਹਾਨੂੰ ਲੈ ਕੇ ਜਦੋਂ ਤੁਸੀਂ ਸਿਆਸਤ ਦੇ ਵਿੱਚ ਐਂਟਰੀ ਕੀਤੀ, ਕਹਿੰਦੇ ਜਦੋਂ ਸਿਆਸਤ 'ਚ ਐਂਟਰੀ ਕਰਦੇ ਆ ਉਦੋਂ ਇਲਜ਼ਾਮਬਾਜ਼ੀਆਂ ਬਹੁਤ ਸਾਰੀਆਂ ਟਿੱਪਣੀਆਂ ਸ਼ੁਰੂ ਹੋ ਜਾਂਦੀਆਂ। ਹੁਣ ਤੁਹਾਡੇ 'ਤੇ ਟਿੱਪਣੀ ਸ਼ੁਰੂ ਹੋ ਗਈ, ਕਹਿੰਦੇ ਅਕਾਲੀ ਦਲ ਨੇ ਤੁਹਾਨੂੰ IAS ਅਫਸਰ ਬਣਾਇਆ, ਅਕਾਲੀ ਦਲ ਨੇ ਤੁਹਾਨੂੰ ਜਿਹੜੀ ਫੇਵਰੇਟ ਤੁਹਾਡੀ ਜਗ੍ਹਾ ਸੀਗੀ ਉੱਥੇ ਟ੍ਰਾਂਸਫਰ ਦਿੱਤੀ ਔਰ ਤੁਸੀਂ ਅਕਾਲੀ ਦਲ ਦੇ ਨਾਲ ਇਹ ਕਰ ਗਏ। ਨਹੀਂ, ਅਕਾਲੀ ਦਲ ਨੇ ਮੈਨੂੰ IAS ਨਹੀਂ ਬਣਾਇਆ, ਮੈਂ ਆਪਣੀ ਮੈਰਿਟ ਤੇ IAS ਬਣੀ ਆ। IAS ਬਣਾਉਣ ਦਾ ਕੰਮ UPSC ਦਾ ਹੈਗਾ। ਜੇ UPSC ਨੂੰ ਆਪਾਂ ਮਤਲਬ ਅੱਜ ਉਹਨਾਂ ਤੇ ਕੋਈ ਉਂਗਲੀ ਉਠਾਉਂਦੇ ਆ ਤਾਂ ਮਤਲਬ ਸਾਰੀਆਂ IAS ਅਪਾਇੰਟਮੈਂਟਸ ਤੇ ਆਪਾਂ ਉਂਗਲੀ ਉਠਾਉਂਦੇ ਆ। ਜੇ UPSC ਮੈਨੂੰ ਉੱਥੇ ਸਿਲੈਕਟ ਕਰਦੀ ਹੈ ਤੇ ਆਪਾਂ ਇਹ ਕਹਿ ਰਹੇ ਹਾਂ ਕਿ ਇਹਦੀ ਸਿਲੈਕਸ਼ਨ ਅਕਾਲੀ ਦਲ ਕੋਲ ਹੋਈ ਹੈ, ਦੈਟ ਮੀਨਸ ਜਿਹੜੇ ਬਾਕੀ IAS ਆਫੀਸਰਸ ਆ ਉਹਨਾਂ ਨੂੰ ਵੀ ਡਿਫਰੈਂਟ ਪਾਰਟੀਜ਼ ਨੇ ਸਿਲੈਕਟ ਕੀਤਾ। ਤੁਹਾਡੀ ਪ੍ਰਮੋਸ਼ਨ ਨੂੰ ਲੈ ਕੇ ਉਸ ਵੇਲੇ ਵੀ ਸਵਾਲ ਉੱਠੇ ਸੀ ਜਦੋਂ ਮਿਸਟਰ ਕਾਲੋ ਹੋਰਾਂ ਦਾ ਵੀ ਨਾਮ ਸੀਗਾ, ਉਹਨਾਂ ਦਾ ਪੈਨਲ ਦੇ ਵਿੱਚ ਨਾਮ ਸੀਗਾ, ਕਹਿੰਦੇ ਕਿ ਤੁਸੀਂ ਕਿਉਂਕਿ ਸੀਨੀਅਰ ਲੀਡਰ ਦੀ ਨੂੰ ਇਸ ਕਰਕੇ ਤੁਹਾਨੂੰ ਜਿਹੜਾ ਵਾ IAS ਬਣਾ ਦਿੱਤਾ ਗਿਆ। ਬਹੁਤ ਸਾਰੇ ਸਵਾਲ ਉੱਠੇ ਉਸ ਵੇਲੇ, ਬਹੁਤ ਸਾਰਾ ਰੌਲਾ ਪਿਆ ਸੀ। ਹਾਂ, ਰੌਲਾ ਪੈਣਾ ਉਹ ਇੱਕ ਅਲੱਗ ਚੀਜ਼ ਹੈ, ਪਰ ਪ੍ਰੋਸੀਜਰ ਜੋ ਹੈਗਾ ਦੈਟ ਇਜ਼ ਅ ਮੈਟਰ ਆਫ ਰਿਕਾਰਡ। ਮੈਨੂੰ ਇਹ ਦੱਸਿਆ ਜਾਵੇ ਕਿ ਕਿੱਥੇ ਮੈਨੂੰ ਅਕਾਲੀ ਦਲ ਨੇ ਚੁਣਿਆ। 10 ਬੰਦਿਆਂ ਨੇ ਅਪਲਾਈ ਕੀਤਾ, ਸਭ ਦੀਆਂ ਐਪਲੀਕੇਸ਼ਨ UPSC ਨੂੰ ਚਲੀਆਂ ਗਈਆਂ। ਕੱਲੋਂ ਸਾਹਿਬ ਦਾ ਬੇਟਾ ਵੀ ਸੀਗਾ, ਉਹਨੂੰ ਨਹੀਂ ਸਿਲੈਕਟ ਕੀਤਾ, ਮੈਨੂੰ ਸਿਲੈਕਟ ਕਰਤਾ। UPSC ਮਸਟ ਹੈਵ ਸੀਨ ਸਮਥਿੰਗ ਇਨ ਮੀ। ਉਹ ਕਿਹੜਾ ਛੋਟੇ ਲੀਡਰ ਸੀ, ਕੱਲੋਂ ਸਾਹਿਬ ਛੋਟੇ ਲੀਡਰ ਸੀ। ਦੂਸਰਾ ਵੀ ਕਿਉਂਕਿ ਹਰਸਿਮਰਤ ਬਾਦਲ ਹੋਰਾਂ ਨਾਲ ਫਾਈਟ ਤੁਹਾਡੀ ਕਿਵੇਂ ਰਹੇਗੀ, ਕਿਉਂਕਿ ਹਰਸਿਮਰਤ ਬਾਦਲ ਲਗਾਤਾਰ ਉੱਥੋਂ ਜਿੱਤਦੇ ਆਏ ਨੇ, ਹੁਣ BJP ਦੇ ਉੱਥੇ ਪੈਰ ਨਹੀਂ ਲੱਗ ਰਹੇ ਬਠਿੰਡਾ ਦੇ ਵਿੱਚ, ਤੁਹਾਨੂੰ ਭੇਜ ਦਿੱਤਾ ਗਿਆ, ਮੁਕਾਬਲਾ ਬੜਾ ਜ਼ਬਰਦਸਤ ਰਹਿਣ ਵਾਲਾ ਵਾ। ਅਜੇ ਇਹ ਨਹੀਂ ਪਤਾ ਕਿ ਮਲੂਕਾ ਹੋਰਾਂ ਦੇ ਹੱਥ ਦੇ ਵਿੱਚ ਸੱਜੇ ਹੱਥ 'ਚ BJP ਦਾ ਝੰਡਾ ਹੋਏਗਾ, ਖੱਬੇ ਹੱਥ 'ਚ ਅਕਾਲੀ ਦਲ ਦਾ ਝੰਡਾ ਹੋਏਗਾ, ਜਾਂ ਦੋਵਾਂ ਹੱਥਾਂ 'ਚ ਇੱਕ ਹੀ ਝੰਡਾ ਹੋਏਗਾ। ਦੇਖੋ, ਮਲੂਕਾ ਸਾਹਿਬ ਦੇ ਹੱਥ ਦੇ ਵਿੱਚ ਇੱਕ ਹੱਥ 'ਚ ਅਕਾਲੀ ਦਲ ਦਾ ਝੰਡਾ ਹੋਵੇਗਾ, ਇੱਕ ਹੱਥ 'ਚ BJP ਦਾ ਝੰਡਾ ਹੋਵੇਗਾ, ਇੱਦਾਂ ਕੁਛ ਨਹੀਂ ਹੋਵੇਗਾ। ਉਹ ਇੱਕ ਡਿਸੀਜਨ ਲੈਣਗੇ, ਜੋ ਵੀ ਉਹ ਲੈਣਗੇ ਉਹ ਸਾਡੇ ਸਿਰ ਮੱਥੇ। ਇਸ ਤੋਂ ਵੱਧ ਮੈਂ ਉਹਨਾਂ ਬਾਰੇ ਨਹੀਂ ਕੁਛ ਕਹੂੰਗੀ, ਪਰ ਐਟ ਦਾ ਸੇਮ ਟਾਈਮ ਜਿਹੜਾ ਤੁਸੀਂ ਕਹਿੰਦੇ ਹੋ ਕਿ ਇਟ ਇਜ਼ ਹਰਸਿਮਰਤ ਵਰਸਿਸ ਮੀ, ਹਰਸਿਮਰਤ ਵਰਸਿਸ ਮੀ ਨਹੀਂ ਹੈਗਾ। ਲੋਕਾਂ ਦੇ ਹੱਥ ਦੇ ਵਿੱਚ ਸਾਰੀ ਪਾਵਰ ਹੈਗੀ, ਉਹਨਾਂ ਨੇ ਕਿਸ ਨੂੰ ਚੁਣਨਾ ਹੈ, ਲੋਕਾਂ ਨੇ ਚੁਣਨਾ ਹੈ। ਹਰਸਿਮਰਤ ਬਹੁਤ ਪਹਿਲਾਂ MP ਬਣ ਚੁੱਕੇ ਆ, ਮਿਨਿਸਟਰ ਬਣ ਚੁੱਕੇ, ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ, ਲੋਕਾਂ ਦੇ ਹੱਥ 'ਚ ਹੈ ਉਹਨਾਂ ਨੇ ਕਿਸ ਨੂੰ ਕਿੱਥੇ ਪਹੁੰਚਾਉਣਾ, ਕਿਸ ਨੂੰ ਕਿੱਥੇ ਲਿਆਉਣਾ, ਇਹ ਸਭ ਲੋਕਾਂ ਨੇ ਡਿਸਾਈਡ ਕਰਨਾ। ਕਿਉਂਕਿ ਬਠਿੰਡਾ ਦਾ ਕਿਹਾ ਜਾਂਦਾ ਕਿ ਬਾਦਲ ਪਰਿਵਾਰ ਦਾ ਗੜ੍ਹ ਹੈ, ਉਸ ਗੜ ਦੇ ਵਿੱਚ ਕਿਵੇਂ ਸੇਂਧਮਾਰੀ ਦਾ ਫਾਰਮੂਲਾ ਕੀ ਹੈ, ਕਿਉਂਕਿ ਨੰਨੀ ਛਾ ਤੋਂ ਪ੍ਰਚਲਿਤ ਹੋਏ, ਬਾਦਲ ਪਰਿਵਾਰ ਦੀ ਨੂੰਹ ਤੋਂ ਪ੍ਰਚਲਿਤ ਹੋਏ, ਹੁਣ ਤੁਹਾਡੇ ਕੋਲ ਕੀ ਫਾਰਮੂਲਾ ਹੈ ਕਿ ਉਹ ਕਿਲਾ ਜਿਹੜਾ ਵਾ ਤੁਸੀਂ ਢਾ ਸਕਦੇ ਹੋ? ਨਹੀਂ, ਕੋਈ ਕਿਲਾ ਨਹੀਂ ਹੈਗਾ, ਕੋਈ ਉੱਥੇ ਕਿਲਾ ਨਹੀਂ ਬਣਾ ਸਕਦਾ। ਇਹ ਲੋਕਾਂ ਦੇ ਹੱਥ ਸਾਰੀ ਪਾਵਰ ਹੈ, ਅਸੀਂ ਲੋਕਾਂ 'ਚ ਵਿਚਰਦੇ ਰਹੇ ਹਾਂ, ਲੋਕਾਂ ਨਾਲ ਸਾਡਾ ਮੋਹ ਪਿਆਰ ਹੈ, ਸਾਨੂੰ ਲੋਕ ਕੰਟੈਕਟ ਵੀ ਕਰ ਰਹੇ ਆ, ਡਿਪੈਂਡਿੰਗ ਅਪੋਨ ਕਿ ਮੈਨੂੰ ਟਿਕਟ ਮਿਲਦੀ ਹੈ ਕਿ ਨਹੀਂ। ਫਸਟ ਥਿੰਗ ਇਜ਼ ਕਿ ਮੈਨੂੰ ਟਿਕਟ ਅਗਰ ਮਿਲਦੀ ਹੈ, ਉਸ ਤੋਂ ਬਾਅਦ ਦੀਆਂ ਗੱਲਾਂ ਨੇ ਇਹ। ਪਰ ਲੋਕਾਂ ਪ੍ਰਤੀ ਸਾਡਾ ਪਿਆਰ, ਲੋਕਾਂ ਦਾ ਸਾਡੇ ਪ੍ਰਤੀ ਪਿਆਰ, ਸਾਡਾ ਮੇਲ ਜੋਲ, ਮੇਰੇ ਹਸਬੈਂਡ ਦਾ ਖਾਸ ਕਰਕੇ, ਉਹਨਾਂ ਨੇ ਬਹੁਤ ਲੰਬਾ ਸਮਾਂ ਪੋਲੀਟਿਕਸ ਦੇ ਵਿੱਚ ਕੰਮ ਕੀਤਾ, ਉਹ ਉੱਥੇ ਇਲਾਕੇ 'ਚ ਵਿਚਰਦੇ ਰਹੇ ਆ, ਸੋਸ਼ਲ ਵਰਕ ਵੀ ਕੀਤਾ, ਮਿਲਦੇ ਰਹੇ ਲੋਕਾਂ ਨੂੰ, ਬੜਾ ਉਹਨਾਂ ਦਾ ਮਤਲਬ ਰੈਪੂਟੇਸ਼ਨ ਹੈ ਕਿ ਬਹੁਤ ਹੀ ਮਤਲਬ ਪਿਆਰ ਪ੍ਰੇਮ ਭਾਵ ਨਾਲ ਉਹ ਲੋਕਾਂ ਨਾਲ ਡੀਲ ਕਰਦੇ ਰਹੇ, ਤੇ ਉਸ ਦਾ ਫਾਇਦਾ ਸਾਨੂੰ ਮਿਲੂਗਾ। ਇਹਦੇ ਵਿੱਚ ਗੜ ਵਾਲੀ ਮਤਲਬ ਇਟ ਇਜ਼ ਨਾਟ ਅ ਪਰਸਨਲ ਪ੍ਰੋਪਰਟੀ। ਦੂਸਰਾ ਵੀ ਕਿ ਭਾਜਪਾ ਦੀ ਕਿਹੜੀ ਗੱਲ ਤੁਹਾਨੂੰ ਪਸੰਦ ਹੈ, ਕਿਉਂਕਿ ਪੰਜਾਬ 'ਚ ਭਾਜਪਾ ਦਾ ਬਹੁਤ ਵਿਰੋਧ ਹੋ ਰਿਹਾ, ਕਿਸਾਨ ਇਹ ਇਲਜ਼ਾਮ ਲਗਾ ਰਹੇ ਕਿ 700 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਭਾਜਪਾ ਦੀ ਵਜ੍ਹਾ ਕਰਕੇ ਹੋ ਗਈ। ਉੱਥੇ ਬਹੁਤ ਸਾਰੇ ਪੇਂਡੂ ਇਲਾਕੇ ਨੇ, ਉੱਥੇ ਅਸੀਂ ਦੇਖ ਰਹੇ ਹਾਂ ਜਿੱਥੇ ਪਿੰਡਾਂ ਦੇ ਵਿੱਚ ਕਿਸਾਨ ਵਿਰੋਧ ਵੀ ਜ਼ਬਰਦਸਤ ਕਰ ਰਹੇ। ਤੁਹਾਨੂੰ ਭਾਜਪਾ ਦੀ ਕਿਹੜੀ ਅਜਿਹੀ ਚੀਜ਼ ਪਸੰਦ ਆਈ ਕਿ ਤੁਸੀਂ ਆਪਣੀ ਰਿਟਾਇਰਮੈਂਟ ਲੈ ਕੇ ਇਧਰਲੇ ਪਾਸੇ ਆ ਗਏ?
ਦੇਖੋ ਜਿੱਥੋਂ ਤੱਕ ਕਿਸਾਨਾਂ ਦਾ ਸਵਾਲ, ਅਸੀਂ ਖੁਦ ਕਿਸਾਨ ਹਾਂ, ਅਸੀਂ ਕਿਸਾਨਾਂ ਦਾ ਭਲਾ ਚਾਹੁੰਦੇ ਹਾਂ, ਮਾੜਾ ਨਹੀਂ ਚਾਹੁੰਦੇ, ਤਾਂ ਕਿਸਾਨ ਮੈਨੂੰ ਨਹੀਂ ਲੱਗਦਾ ਮੇਰਾ ਵਿਰੋਧ ਕਰਨਗੇ. ਅਸੀਂ ਉਹਨਾਂ ਨੂੰ ਸਮਝਾਵਾਂਗੇ ਕਿ ਦੇਖੋ ਕਿਸਾਨਾਂ ਨੂੰ ਵੀ ਇੱਕ ਆਪਣਾ ਨੁਮਾਇੰਦਾ ਲੋਕ ਸਭਾ ਦੇ ਵਿੱਚ ਚਾਹੀਦਾ, ਤੇ ਅਸੀਂ ਉਹਨਾਂ ਦਾ ਨੁਮਾਇੰਦਾ ਬਣਾਂਗੇ, ਉਹਨਾਂ ਦੀਆਂ ਸਮੱਸਿਆਵਾਂ ਜੋ ਵੀ ਹੈਗੀਆਂ ਉਹਨਾਂ ਦੀ ਆਵਾਜ਼ ਉੱਥੇ ਪਹੁੰਚਾਵਾਂਗੇ. ਕਿਸਾਨ ਮੇਰਾ ਵਿਰੋਧ ਨਹੀਂ ਕਰਨਗੇ, ਮੈਨੂੰ ਪੂਰੀ ਉਮੀਦ ਹੈ. ਗੁਰਪ੍ਰੀਤ ਹੋਰੀ ਅਜੇ ਸਕਰੀਨ ਤੇ ਨਹੀਂ ਆ ਰਹੇ, ਲੇਕਿਨ ਕਹਿੰਦੇ ਕਿ ਗੁਰਪ੍ਰੀਤ ਹੋਰਾਂ ਦੀ ਨਾਰਾਜ਼ਗੀ ਉਦੋਂ ਵੱਧ ਗਈ ਜਦੋਂ ਰਾਮਪੁਰਾ ਤੋਂ ਟਿਕਟ ਆਲਮੋਸਟ ਕਨਵਰਮ, ਗੁਰਪ੍ਰੀਤ ਜੀ ਸ਼ਾਇਦ ਕਨਫਰਮ ਵੀ ਸੀਗੀ ਔਰ ਆਲਮੋਸਟ ਉਦੋਂ ਜਦੋਂ ਕੱਟੀ ਗਈ ਉਸ ਤੋਂ ਬਾਅਦ ਤੁਸੀਂ ਮਨ ਜਿਹੜਾ ਘਰ ਦੇ ਵਿੱਚ ਬਣਾਇਆ ਕਿ ਇਹ ਚੀਜ਼ ਗਲਤ ਹੋਈ ਹੈ, ਧੱਕਾ ਲੱਗਾ, ਉੱਥੇ ਪ੍ਰਚਾਰ ਵੀ ਸੀ, ਸਭ ਕੁਝ ਸੀ. ਉਦੋਂ ਮਿਊਸੀ ਜ਼ਰੂਰ ਹੋਈ ਸੀਗੀ, ਪਰ ਹੁਣ ਉਹ ਫੈਸਲੇ ਨੂੰ ਇਫੈਕਟ ਨਹੀਂ ਕਰਦੀ. ਮਤਲਬ ਉਹ ਉਦੋਂ ਦੀ ਮਿਊਸੀ ਸੀਗੀ, ਉਹ ਕੁਛ ਚਿਰ ਲਈ ਬੰਦਾ ਮਹਿਸੂਸ ਕਰਦਾ ਕੋਈ ਵੀ ਕਿਸ ਕੰਮ ਤੁਸੀਂ ਸ਼ੁਰੂ ਕੀਤਾ ਹੋਵੇ ਉਸ ਤੋਂ ਬਾਅਦ ਉਸ ਤੇ ਕੋਈ ਰੋਕ ਲੱਗ ਜੇ ਜਾਂ ਕੋਈ ਉਹਦੇ ਵਿੱਚ ਆ ਜੇ, ਬੰਦਾ ਫੀਲ ਕਰਦਾ ਅੰਦਰੋਂ ਅੰਦਰੀ. ਪਰ ਹੁਣ ਬੀਜੇਪੀ ਜੁਆਇਨ ਕਰਨ ਦਾ ਇਹ ਕਾਰਨ ਨਹੀਂ ਹੈਗਾ. ਹੁਣ ਬੀਜੇਪੀ ਸਾਨੂੰ ਇਹ ਲੱਗ ਰਿਹਾ ਕਿ ਬੀਜੇਪੀ ਦਾ ਇੱਕ ਵਿਜ਼ਨ ਆ, ਇੱਕ ਪਾਰਟੀ ਹੈ ਜਿਹੜੀ ਗਰੋ ਕਰ ਰਹੀ ਹੈ, ਬਾਕੀ ਸਾਰੀਆਂ ਪਾਰਟੀਆਂ ਡਿਸਇੰਟੀਗ੍ਰੇਟ ਹੋ ਰਹੀਆਂ, ਖਤਮ ਹੋ ਰਹੀਆਂ, ਮਤਲਬ ਉਹਨਾਂ ਦੇ ਵਿੱਚ ਕਮੀਆਂ ਤਾਂ ਹੀ ਖਤਮ ਹੋ ਰਹੀਆਂ. ਸੋ ਹੁਣ ਨਹੀਂ ਉਹ ਫੈਸਲਾ ਇਸ ਕਰਕੇ ਹੋਇਆ, ਉਦੋਂ ਸੀਗਾ. ਮੈਂ 4-5 ਲੀਡਰਾਂ ਦਾ ਨਾਮ ਲਊਂਗਾ, ਇੱਕ ਲਾਈਨ ਤੁਹਾਡੀ ਮਨ ਦੇ ਵਿੱਚ ਆਉਂਦੀ ਹੋਵੇ ਉਹਨਾਂ ਦਾ ਨਾਮ ਸੁਣਦਿਆਂ ਨਾਲ ਹੀ. ਨਰਿੰਦਰ ਮੋਦੀ. ਦੇਖੋ ਨਰਿੰਦਰ ਮੋਦੀ ਜੀ ਨੇ ਜਿੰਨਾ ਦੇਸ਼ ਦਾ ਵਿਕਾਸ ਕੀਤਾ ਹੈ ਉਹ ਅਨਪ੍ਰੈਸੀਡੈਂਟਿਡ ਹੈ. ਦੇਰ ਇਜ਼ ਅ ਹਿਊਜ ਚੇਂਜ ਇਨ ਇੰਡੀਆ, ਲੋਕ ਮਹਿਸੂਸ ਕਰਦੇ ਆ, ਦੁਨੀਆ ਦੇਖ ਰਹੀ ਹੈ. ਸਰਦਾਰ ਪ੍ਰਕਾਸ਼ ਸਿੰਘ ਬਾਦਲ. ਉਹ ਵੱਡੇ ਲੀਡਰ ਰਹੇ ਨੇ, ਲੋਕਾਂ ਦਾ ਉਹਨਾਂ ਪ੍ਰਤੀ ਕਾਫੀ ਮਤਲਬ ਕਹਿ ਲੋ ਕਾਫੀ ਰਿਸਪੈਕਟ ਰਹੀ ਹੈ. ਰਾਹੁਲ ਗਾਂਧੀ. ਮੈਂ ਕਹਿੰਦੀ ਹਾਂ ਕਿ ਕਮੈਂਟ ਕਰਾਂ ਨਾ ਹੀ ਕਰਾਂ ਤਾਂ ਚੰਗਾ. ਮੁੱਖ ਮੰਤਰੀ ਭਗਵੰਤ ਮਾਨ. ਪੰਜਾਬ ਦੇ ਸੀਐਮ ਨੇ, ਇਸ ਕਰਕੇ ਉਹਨਾਂ ਦੀ ਰਿਸਪੈਕਟ ਹੈ. ਇਸ ਤੋਂ ਬਾਅਦ ਕੁਛ ਨਹੀਂ. ਹਰਸਿਮਰਤ ਬਾਦਲ. ਹਰਸਿਮਰਤ ਬਾਦਲ ਤਾਂ ਮੇਰੇ ਵਰਗੇ ਹੈ. ਅਸੀਂ ਕੱਲ ਨੂੰ ਇਲੈਕਸ਼ਨ ਲੜਨਾ ਹੈ, ਸੋ ਕੌਣ ਬੈਟਰ ਹੈ ਲੋਕ ਡਿਸਾਈਡ ਕਰ ਲੈਣਗੇ. ਸੁਖਬੀਰ ਬਾਦਲ. ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੈ. ਅੰਮ੍ਰਿਤਾ ਵੜਿੰਗ. ਰਾਜਾ ਵੜਿੰਗ ਦੀ ਵਾਈਫ ਹੈ. ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਹੈ. ਠੀਕ, ਚਲੋ ਐਂਟਰੀ ਕੀਤੀ ਸਿਆਸਤ ਦੇ ਵਿੱਚ ਔਰ ਸਿਆਸਤ ਦੇ ਪਰਿਵਾਰ ਦੇ ਵਿੱਚ ਅਜਿਹਾ ਇੱਕ ਧੁਰ ਹੈ ਜੋ ਇਸ ਵੇਲੇ ਸਿਕੰਦਰ ਸਿੰਘ ਮਲੂਕਾ ਲਗਾਤਾਰ ਕਹਿ ਰਹੇ ਨੇ ਕਿ ਮੈਂ ਅਕਾਲੀ ਦਲ ਦੇ ਵਿੱਚ ਹੀ ਰਹੂੰਗਾ, ਲੇਕਿਨ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਬਹੂ ਹੁਣ ਭਾਜਪਾ ਦੇ ਝੰਡੇ ਥੱਲੇ ਆ ਗਏ ਨੇ ਔਰ ਭਾਜਪਾ ਦੇ ਕੈਂਡੀਡੇਟ ਜਿਹੜੇ ਆਉਣ ਵਾਲੇ ਦਿਨਾਂ 'ਚ ਬਠਿੰਡਾ ਤੋਂ ਹੋਣਗੇ. ਕੈਮਰਾਮੈਨ ਵਿਨੋਦ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ.